ਹੱਥ ਪੁਰਾਣੇ ਖੌਂਸਲੇ ਬਸੰਤੇ ਹੋਰੀ ਆਏ, ਇੱਕ ਕਹਾਵਤ ਹੈ। ਜਿਹੜੇ ਵੱਡੇ ਵੱਡੇ ਗੱਪ ਮਾਰ ਕੇ ਪੰਜਾਬ ਸਰਕਾਰ ਸੱਤਾ 'ਤੇ ਆਈ ਸੀ, ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਸਾਡੀ ਸਰਕਾਰ ਬਣ ਕੇ ਸਿੱਖਿਆ ਅਤੇ ਸਿਹਤ ਦੇ ਵਿੱਚ ਨੌਕਰੀਆਂ ਦੇਵਾਂਗੇ, ਭਰਤੀ ਕਰਾਂਗੇ, ਪੰਜਾਬ ਦੇ ਲੋਕਾਂ ਨੂੰ ਇਨਸਾਫ ਦੇਵਾਂਗੇ। 27 ਮਹੀਨਿਆਂ ਦੇ ਵਿੱਚ ਕੋਈ ਇੱਕ ਪੋਸਟ ਦਿਖਾ ਦੇਣਾ, ਗੱਪ ਮਾਰਦੇ ਆ ਪੋਸਟਰ ਲਾ ਕੇ ਬੈਨਰ ਲਾ ਕੇ ਕਿ 43,000 ਨੌਕਰੀ ਦਿੱਤੀਆਂ, ਕੋਈ ਵੀ ਰੈਗੂਲਰ ਭਰਤੀ ਇਹਨਾਂ 27 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਨੇ ਨਹੀਂ ਕੀਤੀ। ਖਾਸ ਕਰਕੇ ਸਿਹਤ ਅਤੇ ਸਿੱਖਿਆ ਦੇ ਵਿੱਚ ਅਸੀਂ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਵੱਲੋਂ ਜਿੱਥੇ ਪਿਛਲੀ ਕਾਂਗਰਸ ਸਰਕਾਰ ਅਕਾਲੀ ਸਰਕਾਰ ਤੋਂ ਮੰਗਾਂ ਰੱਖਦੇ ਆਏ ਹਾਂ ਕਿ ਸਾਨੂੰ ਭਰਤੀ ਕੀਤੀ ਜਾਵੇ, ਨੌਕਰੀਆਂ ਦਿੱਤੀਆਂ ਜਾਣ, ਸਾਡੇ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ, ਸਿਹਤ ਵਿਭਾਗ ਦੇ ਵਿੱਚ ਸਾਡੀ ਮਲਟੀਪਰਪਜ਼ ਦੀ ਜਿਹੜੀ ਪੋਸਟ ਆ, ਸਿਹਤ ਵਿਭਾਗ ਦੇ ਵਿੱਚ 5,000 ਦੀ ਆਬਾਦੀ ਦੇ ਪਿੱਛੇ ਇੱਕ ਵਰਕਰ ਮੇਲ ਨੇ ਕੰਮ ਕਰਨਾ ਹੁੰਦਾ, WHO ਕਹਿੰਦੀ ਹੈ 3,000 ਦੀ ਆਬਾਦੀ ਦੇ ਪਿੱਛੇ, ਅਤੇ ਪੰਜਾਬ ਦੇ ਸਿੱਖਿਆ ਸਿਹਤ ਵਿਭਾਗ ਦੇ ਵਿੱਚ 2900 ਪੋਸਟਾਂ ਸਾਰੀਆਂ ਸੈਕਸ਼ਨ ਨੇ, ਨਾ ਪਿਛਲੀ ਸਰਕਾਰ ਨੇ ਭਰਤੀ ਕੀਤੀ ਕਾਂਗਰਸ ਸਰਕਾਰ ਨੇ, ਨਾ ਇਹਨਾਂ ਨੇ 27 ਮਹੀਨਿਆਂ ਦੇ ਵਿੱਚ ਕੋਈ ਭਰਤੀ ਕੀਤੀ ਹੈ। ਅਸੀਂ ਇਸੇ ਥਾਂ 'ਤੇ 17 ਮਾਰਚ ਨੂੰ ਅਤੇ 21 ਅਪ੍ਰੈਲ ਨੂੰ ਆ ਕੇ ਧਰਨਾ ਦੇ ਕੇ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਜੋ ਲੋਕ ਸਭਾ ਚੋਣ ਪਟਿਆਲੇ ਤੋਂ ਲੜਦੇ ਸੀਗੇ, ਉਹਨਾਂ ਨੂੰ ਚੈਲੰਜ ਕਰਕੇ ਗਏ ਸੀ ਕਿ ਜੇ ਤੁਸੀਂ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਦਿੱਤਾ ਤਾਂ ਤੁਹਾਡਾ ਸਾਰਿਆਂ ਦਾ ਬੋਰੀ ਬਿਸਤਰਾ ਗੋਲਾ, ਉਹ ਅਸੀਂ ਕਰਤਾ। ਪਿਛਲੀਆਂ ਚੋਣਾਂ ਦੇ ਵਿੱਚ, ਲੋਕ ਸਭਾ ਚੋਣਾਂ ਦੇ ਵਿੱਚ, ਆਉਂਦੀਆਂ ਜਿਮਣੀ ਚੋਣਾਂ ਦੇ ਵਿੱਚ ਫਿਰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੱਸਾਂਗੇ ਕਿ ਇਹ ਸਰਕਾਰਾਂ ਪਿਛਲੀ ਸਰਕਾਰ ਨਾਲੋਂ ਕਿਤੇ ਨਖਿੱਧ ਸਾਬਤ ਹੋ ਚੁੱਕੀ ਹੈ। ਅਸੀਂ ਆਪਣੀ ਮੰਗ ਲੈ ਕੇ ਆਏ ਹਾਂ ਕਿ ਸਿਹਤ ਵਿਭਾਗ ਦੇ ਵਿੱਚ ਜਿੰਨੀਆਂ ਖਾਲੀ ਪੋਸਟਾਂ ਵਰਕਰ ਮਿਲਦੀਆਂ ਨੇ ਸਾਰਿਆਂ ਨੂੰ ਭਰਤੀ ਕੀਤਾ ਜਾਵੇ, ਨੌਕਰੀਆਂ ਦਿੱਤੀਆਂ ਜਾਣ, ਰੁਜ਼ਗਾਰ ਦਿੱਤਾ ਜਾਵੇ, ਕਿਉਂਕਿ ਹਰੇਕ 31 ਦਸੰਬਰ ਨੂੰ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰ ਉਭਰੇ ਹੋ ਜਾਂਦੇ ਆ। ਮੁੱਖ ਮੰਤਰੀ ਨੇ ਖੁਦ ਅਨੇਕਾਂ ਥਾਵਾਂ 'ਤੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਸਾਰੇ ਮਹਿਕਮਿਆਂ ਦੇ ਵਿੱਚ, ਖਾਸ ਕਰਕੇ ਸਿੱਖਿਆ ਅਤੇ ਸਿਹਤ ਦੇ ਵਿੱਚ ਪਿਛਲੀਆਂ ਸਰਕਾਰਾਂ ਦੀ ਨਲੇਕੀ ਕਾਰਨ ਭਰਤੀਆਂ ਨਹੀਂ ਹੋਈਆਂ, ਜਿਹੜੇ ਓਵਰੇਜ ਹੋ ਗਏ ਉਹਨਾਂ ਨੂੰ ਮੌਕਾ ਦੇਵਾਂਗੇ। ਨਾ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਇਸ਼ਤਿਹਾਰ ਕੱਢਿਆ, ਨਾ ਅਜੇ ਤੱਕ ਕੋਈ ਓਵਰੇਜ ਨੂੰ ਛੋੜ ਦਿੱਤੀ ਹੈ। ਕੋਈ ਵੀ ਪੰਜਾਬ ਸਰਕਾਰ ਨੇ ਸਿੱਖਿਆ ਅਤੇ ਸਿਹਤ ਮਹਿਕਮੇ ਦੇ ਵਿੱਚ ਅਜੇ ਤੱਕ ਪੂਣੀ ਨਹੀਂ ਲਾਈ, ਜਿਹਤੋਂ ਖਫਾ ਪੰਜਾਬ ਦੇ ਬੇਰੁਜ਼ਗਾਰ ਅੱਜ ਸਿਹਤ ਮੰਤਰੀ ਦੀ ਕੋਠੀ ਦਾ ਬੇਰੁਜ਼ਗਾਰ ਮਲਟੀਪਰਪਜ਼ ਯੂਨੀਅਨ ਵੱਲੋਂ ਕਰ ਲਏ ਸੀ ਜੀ। ਸਿਹਤ ਮੰਤਰੀ ਦਾ ਆਖਣਾ ਇਹ ਅੱਜ ਸਾਨੂੰ ਮਿਲਾਇਆ ਗਿਆ, ਉਹਨਾਂ ਨੇ ਆਪਣੀ ਬੇਵਸੀ ਦੱਸੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਇੱਕ ਸਿਹਤ ਮੰਤਰੀ ਇਹ ਗੱਲ ਆਖੇ ਕਿ ਮੇਰੀ ਗੱਲ ਨਹੀਂ ਸੁਣੀ ਜਾ ਰਹੀ। ਇਹੀ ਗੱਲ ਮੀਤ ਹੇਅਰ ਕਰਦਾ ਸੀਗਾ ਜਦੋਂ ਅਸੀਂ ਬਰਨਾਲੇ ਦੇ ਵਿੱਚ ਘੇਰ ਕੇ ਕਹਿੰਦੇ ਸੀ ਹੋਰ ਅਨੇਕਾਂ ਮੰਤਰੀ, ਕਿਉਂਕਿ ਜਿਹੜੀ ਅਸੀਂ ਗੱਲ ਕਹਿੰਦੇ ਸੀ ਪਹਿਲਾਂ ਹੀ ਕਿ ਪੰਜਾਬ ਦੀ ਸਰਕਾਰ ਦੀਆਂ, ਪੰਜਾਬ ਦੀ ਕੈਬਨਿਟ ਦੀਆਂ ਜਿਹੜੀਆਂ ਬਾਗਡੋਰਾਂ ਨੇ ਉਹ ਜੇਲ੍ਹ 'ਚ ਬੈਠੇ ਕੇਜਰੀਵਾਲ ਦੇ ਹੱਥ 'ਚ ਹੈ, ਉਹ ਦਿੱਲੀ ਵਾਲਿਆਂ ਦੇ ਸੰਦੀਪ ਪਾਠਕ ਵਰਗਿਆਂ ਦੇ ਹੱਥ 'ਚ ਹੈ, ਉਹ ਦੂਜੇ ਸਿਸੋਦੀਆ ਵਰਗਿਆਂ ਦੇ ਹੱਥਾਂ 'ਚ ਹੈ, ਉਹ ਕੇਜਰੀਵਾਲ ਦੇ ਪਰਿਵਾਰ ਦੇ ਹੱਥ 'ਚ ਹੈ। ਉਹ ਗੱਲ ਅੱਜ ਮੰਤਰੀ ਨੇ ਖੁਦ ਮੰਨ ਲਈ ਹੈ। ਉਹ ਕਹਿੰਦਾ ਮੈਂ ਬੇਵੱਸ ਹਾਂ, ਪੰਜਾਬ ਦਾ ਫਾਈਨਾਂਸ ਮਨਜ਼ੂਰੀ ਦੇਵੇ, ਪੰਜਾਬ ਸਰਕਾਰ CM ਮਨਜ਼ੂਰੀ ਦੇਵੇ, ਮੈਂ ਤੁਹਾਡੀਆਂ ਪੋਸਟਾਂ ਦੇਣ ਲਈ ਤਿਆਰ ਹਾਂ, ਪਰ ਜਿਹੜਾ ਫਾਈਨਾਂਸ ਵਿਭਾਗ ਹੈ ਉਹ ਮੈਨੂੰ ਪ੍ਰਵਾਨਗੀ ਨਹੀਂ ਦੇ ਰਿਹਾ। ਬੜੇ ਦੁੱਖ ਦੀ ਗੱਲ ਆ ਮੰਤਰੀ ਇਹ ਗੱਲ ਆਖੇ, ਤਾਂ ਇਸ ਕਰਕੇ ਅਸੀਂ ਜਿਹੜੀ ਪਹਿਲਾਂ ਗੱਲ ਕਹਿੰਦੇ ਸੀ ਉਹ ਗੱਲ ਸਾਬਤ ਹੋ ਚੁੱਕੀ ਹੈ ਕਿ ਜਿਵੇਂ ਪਿਛਲੀਆਂ ਸਰਕਾਰਾਂ ਦੀ, ਪੰਜਾਬ ਦੀਆਂ ਸਰਕਾਰਾਂ ਦੀ ਬਾਗਡੋਰ ਦਿੱਲੀ ਦੇ ਵਿੱਚ ਇਹਦੇ ਹੱਥ ਦੇ ਵਿੱਚ ਹੁੰਦੀ ਸੀ ਕਾਂਗਰਸ ਦੀ ਜਾਂ ਅਕਾਲੀ ਭਾਜਪਾ ਸਰਕਾਰ ਦੀ, ਉਹੀ ਕੁਝ ਪੰਜਾਬ ਦੀ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੀ ਸਰਕਾਰ ਕਹਿੰਦੇ ਸੀ ਕਿ ਲੋਕਾਂ ਦੀ ਸਰਕਾਰ ਹੈ, ਇਹਨਾਂ ਦੀ ਬਾਗਡੋਰ ਵੀ ਦਿੱਲੀ ਵਾਲਿਆਂ ਦੇ ਹੱਥ ਵਿੱਚ ਹੈ। ਅੱਜ ਰਾਘਵ ਚੱਡੇ ਵਰਗੇ ਅੱਜ ਉੱਥੇ ਜਿਹੜੇ ਸੰਦੀਪ ਪਾਠਕ ਵਰਗੇ ਬੈਠੇ ਹੈ, ਜਿਹੜੇ ਪੰਜਾਬ ਦੇ ਵਿੱਚ ਜਲੰਧਰ ਚੋਣ ਦੀ ਜਿਮਨੀ ਚੋਣ ਦੇ ਵਿੱਚ ਕੰਪੇਨ ਚਲਾਉਣ ਦੀ ਅਥਾਰਟੀ ਜਿਹਨਾਂ ਨੂੰ ਦਿੱਤੀ ਗਈ ਹੈ ਇੱਥੋਂ ਦੇ ਕੇਜਰੀਵਾਲ ਨੇ, ਸਾਰਾ ਕੁਝ ਉਹਨਾਂ ਦੇ ਹੱਥ ਵਿੱਚ ਹੈ। ਅਸੀਂ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਹਿੱਤਾਂ ਦਾ ਇੱਦਾਂ ਘਾਣ ਹੁੰਦਾ ਨਹੀਂ ਜਰਾਂਗੇ, ਅਤੇ ਪੰਜਾਬ ਸਰਕਾਰ ਨੂੰ ਇਸ ਗੱਲ ਵਾਸਤੇ ਮਜਬੂਰ ਕਰਾਂਗੇ ਅਤੇ ਕੇਜਰੀਵਾਲ ਜੁੰਡਲੀ ਨੂੰ ਪੰਜਾਬ 'ਚੋਂ ਭਜਾ ਕੇ ਦਮ ਲਵਾਂਗੇ ਜੀ।